कि अपने सड़क के नाल तो सर्विस लेन बनने कारण जी ड्रेन आ वह बंद हो चुकी है, जिदे करके जो पानी की निकासी है वो विघन पिया वा। हुण असी देसू माजरा स्कूल दे विच जिहड़ा सरकारी स्कूल आ उहदे विच एक ड्रेन पाइप कट के उत्थे एक चो आ नैचुरल चो आ नैचुरल चो दे विचों एक ड्रेन कट के उत्थों असी पानी की निकासी करावांगे। उत्थे वाटर लोग हो रहे ने खज्जल खवार, प्रशासन सो रहा है कुंभकर्णी नींद। खरड़ दे विच बरसातां दे कारण देखो सड़कां किवें हुईयां तलाबां दे विच तब्दील। अक्के होए लोकां ने कर दिता हाईवे जाम। बरसातां शुरू होण तों पहलां प्रशासन दी इह जिम्मेवारी हुंदी है कि उह सड़कां नालियां दी सफाई करवाए तां जो बरसातां दे विच लोकां नूं कोई परेशानी ना आवे। पर खरड़ दे विच बरसातां शुरू होण तों बाद भी प्रशासन दी कुंभकर्णी नींद नहीं खुल रही। खरड़ दे विच पिछले दो दिनां तों रुक रुक के तेज बारिश होण दे कारण लोकां दे घरां दे विच पाणी वड़िया अते सड़कां तलाब बणियां होईयां ने। लोक अपने घरां तों बाहर रहण दे लई मजबूर हो रखे ने, पर प्रशासन दे वल्लों इन्हां दी कोई सार नहीं लिती जा रही। ऐसे नूं देखदे होए देसू माजरा दे लोकां दे वल्लों अज खरड़ चंडीगढ़ हाईवे जाम कर दिता गया। जाम तों बाद प्रशासन कुंभकर्णी नींद तों जागिया अते मौके ते पहुंचा, पर लोकां दे वल्लों अधिकारियां नाल तू तू मैं मैं तों बाद खरड़ दे SDM रविंदर सिंह दे हल करन दी गरंटी दित्ती अते बाद विच लोकां दे वल्लों इह जाम खोलिया गया। इह जाम जो है तकरीबन 2 घंटे चलिया अते लोक इस दौरान बहुत खज्जल खवार भी हुंदे रहे। इस दौरान SDM खरड़ रविंदर सिंह ने की कहा ਉਹ ਵੀ ਸੁਣੋ ਤੇ ਨਾਲ ਪ੍ਰਦਰਸ਼ਨਕਾਰੀਆਂ ਦਾ ਕੀ ਕਹਿਣਾ ਸੀ ਇਸ ਮੌਕੇ ਦੇ ਉੱਤੇ, ਆਓ ਤੁਹਾਨੂੰ ਸੁਣਾਉਨੇ ਆ। ਕਿ ਆਪਣੇ ਸੜਕ ਦੇ ਨਾਲ ਨਾਲ ਤਾਂ ਸਰਵਿਸ ਲੇਨ ਬਣਨ ਕਾਰਨ ਜਿਹੜੀ ਡਰੇਨ ਆ ਉਹ ਬੰਦ ਹੋ ਚੁੱਕੀ ਆ, ਜਿਹਦੇ ਕਰਕੇ ਜਿਹੜਾ ਪਾਣੀ ਦੀ ਨਿਕਾਸੀ ਆ ਉਹਦੇ ਵਿੱਚ ਵਿਘਨ ਪਿਆ ਵਾ। ਹੁਣ ਅਸੀਂ ਦੇਸੂ ਮਾਜਰਾ ਸਕੂਲ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹਦੇ ਵਿੱਚੋਂ ਇੱਕ ਡਰੇਨ ਪਾਈਪ ਕੱਢ ਕੇ ਉੱਥੇ ਇੱਕ ਚੋਅ ਆ ਨੈਚੁਰਲ ਚੋਅ ਆ ਨੈਚੁਰਲ ਚੋਅ ਦੇ ਵਿੱਚੋਂ ਇੱਕ ਡਰੇਨ ਕੱਢ ਕੇ ਉੱਥੋਂ ਅਸੀਂ ਪਾਣੀ ਦੀ ਨਿਕਾਸੀ ਕਰਾਵਾਂਗੇ। ਉੱਥੇ ਵਾਟਰ ਹਾਰਵੈਸਟਿੰਗ ਸਾਡੇ ਉਹ ਵੀ ਲੱਗੇ ਹੋਏ ਨੇ, ਆਪਣੇ ਸਾਡੀ ਖੱਡਾਂ ਬਣੀਆਂ ਹੋਈਆਂ ਨੇ, 2 ਨੇ, ਤੀਜੀ ਅਸੀਂ ਹੋਰ ਬਣਾਵਾਂਗੇ। ਇਟ ਇਜ਼ ਨੋਟ ਦੈਟ ਕਿ ਅਸੀਂ ਅੱਜ ਹੀ ਕਹਿ ਰਹੇ ਹਾਂ, ਅੱਜ ਤੋਂ 7 ਦਿਨ ਪਹਿਲਾਂ ਜਦੋਂ ਪਿਛਲੀ ਬਰਸਾਤ ਸੀਗੀ ਉਦੋਂ ਵੀ ਮੈਂ ਮੌਕਾ ਦੇਖ ਕੇ ਗਿਆ ਸੀ, ਉਦੋਂ ਅਸੀਂ ਪ੍ਰਪੋਜ਼ਲ ਪਲਾਨ ਕਰ ਲਿਆ ਸੀਗਾ ਅਤੇ ਅਸੀਂ ਛੇਤੀ ਬਸ ਕੰਮ ਸ਼ੁਰੂ ਕਰਕੇ ਬੇਸਿਕਲੀ ਉੱਥੋਂ ਨਿਕਾਸੀ ਦਾ ਕੰਮ ਸ਼ੁਰੂ ਹੋ ਜਾਏਗਾ। ਨਿਕਾਸੀ ਹੋਣ ਲੱਗ ਜਾਏਗੀ ਤਾਂ ਜਿਹੜੇ ਇਹ ਇਫੈਕਟ ਹੁੰਦੇ ਨੇ ਓਮਨ ਕਲੇ ਵਾਲੇ ਜਾਂ ਇੱਧਰੋਂ ਦੇਸੂ ਮਾਜਰ ਵਾਲੇ ਉਹ ਇਫੈਕਟ ਨਹੀਂ ਹੋਣਗੇ। ਬਾਕੀ ਅਸੀਂ ਗਮਾਡਾ ਨਾਲ ਵੀ ਗੱਲ ਕਰ ਰਹੇ ਹਾਂ, ਜਿਹੜਾ 200 ਫੁੱਟੀ ਰੋਡ ਤੋਂ ਪਾਣੀ ਆ ਰਿਹਾ ਉਹ ਵੀ ਅਸੀਂ ਇੱਥੋਂ ਨਿਕਾਸੀ ਕਰਾ ਕੇ ਅੱਗੇ ਕੱਢਾਂਗੇ ਉਹਨੂੰ। ਜਾ ਲਾਂਡਰਾ ਰੋਡ ਤੇ ਵੀ ਬੇਸਿਕਲੀ ਕੀ ਹੋਇਆ, ਸਿਰਫ ਪ੍ਰਸ਼ਾਸਨ ਦੀ ਗਲਤੀ ਨਹੀਂ ਇਹਦੇ ਵਿੱਚ, ਠੀਕ ਹੈ ਨੈਗਲੀਜੈਂਸ ਪ੍ਰਸ਼ਾਸਨ ਦੀ ਵੀ ਹੋਣਗੀ, ਬਟ ਲੋਕਾਂ ਨੇ ਵੀ ਕੀ ਕੀਤਾ, ਸਟੋਮ ਸੀਵਰ ਦੇ ਵਿੱਚ ਆਪਣੇ ਸੀਵਰੇਜ ਕਨੈਕਸ਼ਨ ਜੋੜ ਲਏ ਉੱਥੇ। ਸੋ ਥੋੜ੍ਹੀ ਜਿਹੀ ਸਾਨੂੰ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਆ ਕਿ ਅਸੀਂ ਆਪਣੇ ਜਿਹੜੇ ਸੀਵਰੇਜ ਕਨੈਕਸ਼ਨ ਉਹ ਪ੍ਰੋਪਰ ਬਿੱਲ ਭਰ ਕੇ ਸੀਵਰੇਜ ਕਨੈਕਸ਼ਨ ਲਈਏ, ਰਾਦਰ ਦੈਨ ਅਸੀਂ ਉਹਨਾਂ ਨੂੰ ਸਟੋਮ ਸੀਵਰਾਂ ਜੋੜੀਏ। ਉਹ ਵੀ ਇੱਕ ਦਿੱਕਤ ਆਉਂਦੀ ਹੈ ਜਿਹਦੇ ਕਰਕੇ ਸੀਵਰੇਜ ਪਾਣੀ ਸਟੋਮ ਸੀਵਰਾਂ ਚੱਲ ਜਾਂਦਾ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਬਿਲਕੁਲ ਜਗ੍ਹਾ ਨਹੀਂ ਮਿਲਦੀ। ਸੋ ਸਾਨੂੰ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਆ ਅਤੇ ਬਾਕੀ ਜਿਹੜਾ ਆਫਿਸਰ ਲੈਵਲ 'ਤੇ ਜਿਹੜੀ ਮੀਟਿੰਗ ਕਰਨੀ ਆ ਅਸੀਂ ਉਹ ਸਾਰਿਆਂ ਨੂੰ ਅਸੀਂ ਦੱਸ ਕੇ ਛੇਤੀ ਇੱਕ ਵੱਡਾ ਪਲਾਨ ਬਣਾ ਕੇ ਇਹ ਜਿਹੜੀ ਨਿਕਾਸੀ ਦੀ ਪ੍ਰੋਬਲਮ ਨੂੰ ਸੋਲਵ ਕਰਾਵਾਂਗੇ। ਸਰ ਬਹੁਤ ਲੰਬਾ ਇੱਕ ਜਾਮ ਲੱਗਿਆ ਹੋਇਆ ਕਿ ਉਹ ਲੋਕਾਂ ਨੂੰ ਹੁਣ ਦਿੱਕਤ ਆ ਰਹੀ ਹੈ, ਗਰਮੀ 'ਚ ਵੀ ਖੜੇ ਆ, ਉਹਦੇ ਲਈ ਵੀ ਕਿੰਨੇ ਟਾਈਮ ਹੋਰ ਖੜਨਾ ਪੈ ਸਕਦਾ? ਨਹੀਂ ਕੋਈ ਗੱਲ ਨਹੀਂ, ਬਸ ਮੈਂ ਦੇਖ ਕੇ ਆਇਆ ਸਰ, ਅਸੀਂ ਆਪ ਆਪਣੀਆਂ ਅਸੀਂ ਸਾਰੇ ਜਿੰਨੇ ਵੀ ਘਰਾਂ ਦੇ ਵਿੱਚ ਪਾਣੀ ਆ ਅਸੀਂ ਸਾਰੇ ਖੁਦ ਜਾ ਕੇ ਆਏ ਹਾਂ। ਮੈਂ ਵੀ ਜਾ ਕੇ ਆਇਆ, ਯੂ ਸਾਹਿਬ, ਐਕਸਿਨ ਸਾਹਿਬ, ਸਾਰੇ ਅਸੀਂ ਖੁਦ ਜਾ ਕੇ ਆਏ ਹਾਂ। ਉੱਥੇ ਮੁਆਇਨਾ ਕੀਤਾ ਵਾ, ਜੇ ਕਿਸੇ ਦਾ ਨੁਕਸਾਨ ਹੋਇਆ ਉਹਦੀ ਵੀ ਭਰਪਾਈ ਹੋ ਜਾਏਗੀ, ਠੀਕ ਹੈ। ਜੇ ਕਿਸੇ ਨੂੰ ਰਾਸ਼ਨ ਪਾਣੀ ਦੀ ਕੋਈ ਦਿੱਕਤ ਆ ਉਹਦੀ ਵੀ ਅਸੀਂ AFSO ਸਾਹਿਬ ਨੂੰ ਕਹਿ ਕੇ ਜਾਂ DFSO ਸਾਹਿਬ ਨੂੰ ਕਹਿ ਕੇ ਉਹਨਾਂ ਨੂੰ ਵੀ ਰਾਸ਼ਨ ਪਾਣੀ ਮੁਹੱਈਆ ਕਰਾਵਾਂਗੇ। ਮੈਂ ਉਹਨਾਂ ਨੂੰ ਕਿਹਾ ਵੀ ਲਿਸਟ ਤਿਆਰ ਕਰ ਲਓ, ਜੇ ਕਿਸੇ ਨੂੰ ਰਾਸ਼ਨ ਪਾਣੀ ਦੀ ਦਿੱਕਤ ਆ ਉਹ ਵੀ ਅਸੀਂ ਮੁਹੱਈਆ ਕਰਾਵਾਂਗੇ। ਅਦਰਵਾਈਜ਼ ਸੈਟਿਸਫੈਕਟਰੀ ਰਿਸਪੌਂਸ ਆ ਸਾਡਾ, ਹੁਣ ਅਸੀਂ ਜਾ ਕੇ ਉਹਨਾਂ ਨੂੰ ਕਹਾਂਗੇ ਕਿ ਕਾਈਂਡਲੀ ਧਰਨਾ ਚੱਕ ਦਿਓ। ਉਹ ਮੰਨੇ ਵੀ ਹੋਏ ਨੇ, ਕਿਉਂਕਿ ਜਦੋਂ ਦੇਖੋ ਬੇਸਿਕਲੀ ਇਹ ਹੁੰਦਾ ਅਸੀਂ ਵੀ ਉਹਨਾਂ ਦਾ ਦਰਦ ਸਮਝਦੇ ਹਾਂ, ਜਿਹੜੇ ਉਹਨਾਂ ਦੇ ਪ੍ਰਸ਼ਾਸਨ ਨਾਲ ਰੋਸਾ ਵਾ ਉਹ ਵੀ ਜਾਇਜ਼ ਆ, ਕਿਉਂਕਿ ਜੇ ਕਿਸੇ ਦੇ ਘਰ ਦੇ ਵਿੱਚ 4-4 ਫੁੱਟ ਪਾਣੀ ਭਰੂਗਾ ਤਾਂ ਓਬਵੀਅਸਲੀ ਉਹਨੇ ਸੜਕ 'ਤੇ ਤਾਂ ਆਉਣਾ ਹੀ ਹੈ। ਅਸੀਂ ਛੇਤੀ ਤੋਂ ਛੇਤੀ ਹੱਲ ਕੱਢ ਕੇ ਦੇਵਾਂਗੇ ਇਹਦਾ, ਐਂਡ ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਮੁੜ ਕੇ ਕਦੇ ਧਰਨਾ ਲੱਗੂ ਇਸ ਚੀਜ਼ 'ਤੇ। ਧੰਨਵਾਦ। ਪਿਛਲੇ 1 ਮਹੀਨੇ ਤੋਂ ਮੈਂ ਲਗਾਤਾਰ ਅਫਸਰਾਂ ਦੇ ਟੱਚ 'ਚ ਹਾਂ, ਉਹਨਾਂ ਨੂੰ ਕਿਹਾ ਕਿ ਇਹਦਾ ਕੋਈ ਹੱਲ ਆਪਾਂ ਅਲਟੀਨੇਟਰ ਕੱਢੀਏ, ਲੇਕਿਨ ਉਹਨਾਂ ਨੇ ਜੋ ਪ੍ਰਬੰਧ ਕਰਕੇ ਦੇ ਆ, ਪਿੱਛੇ ਅਸੀਂ ਪੈਪ ਪਵਾਇਆ ਸੀ,
लेकिन बारिश इन्नी ज़्यादा हो गई, पाइप तो अभी भी वर्किंग हैगा चल रहा हो, लेकिन जिहड़ा मोहाली वालों पानी आ रहा वो सानू मार कर रहा, उहदे करके दिक्कत आ रही है। हुण असी पिछले तीन दिनों तो लगातार बारिश हो रही है, तीन दिनों तो जो अफसर साहबान कह रहे कि यहाँ कोई हल लगो, अब वो कह रहे कि साढ़े लेवल की गल है नहीं, क्योंकि हाईवे अथॉरिटी की परमिशन तो बिना असी नाला बंद नहीं कर सकते। ये डीसी साहब की नॉलेज उन्होंने गल लियाती है, जो मैंने अफसर साहबान ने कहा कि वह मोहाली वाले पानी का कोई ना कोई अल्टरनेट कट रहे। तो भाई जी जी हाँ बन ला रहे हो, बोरियां भर रहे हो, ये अपने लैवल पर कर रहे हो या कोई सरकार की हेल्प है? नहीं, एक म्युनिसिपल कमेटी खरड़ वालों ये प्रबंध करवाए गए है। कल इतने फायर ब्रिगेड गड्डियां भी और जेसीबी मशीन भी पानी कढ़ने वास्ते सारा वो लगे हुए सर, पर उहदा हल दिखा दार्शनिक हाथी बन के खड़े, इन्हों का कोई बेनीफिट नहीं हो रहा पब्लिक नूं, कर भी रहे हैं लेकिन उहदा हल नहीं हो रहा, क्योंकि पानी बहुत एक्सैस च मोहाली वालों आ रहा, वो पाइप वगैरह सारे ओवरफ्लो हो के चल रहे हैं, तो मतलब इहदा प्रॉपर हल सानूं मोहाली वाला पानी उत्थों बंद करना पे। ਇੱਧਰ ਮੈਂ ਹੁਣ ਦੋ ਮਸ਼ੀਨਾਂ ਮੰਗਾ ਰਿਹਾ, ਹੁਣੇ ਆ ਰਹੀਆਂ ਤੁਹਾਡੇ ਕੋਲ ਹੀ ਖੜੇ ਸਰ, ਮਸ਼ੀਨ ਚੱਲ ਪੈ ਨਹੀਂ ਆ ਰਹੀ, ਆਈ ਟੈਲ ਯੂ ਸਰ ਵਨ ਥਿੰਗ ਇਜ਼ ਸਰ, ਦੇਸੂ ਮਾਜਰਾ ਪਾਣੀ ਇਜ਼ ਕਮਿੰਗ ਫਰੋਮ ਦੇਅਰ, ਬਿਲਕੁਲ ਆ ਰਿਹਾ, ਬਿਲਕੁਲ ਆ ਰਿਹਾ। ਐਨਐਚ ਹਾਈਵੇ ਵਾਲਾ ਜੀ ਉਹਨਾਂ ਨੇ ਕੰਮ ਕਰਕੇ ਗਿਆ ਤਾ, ਉਸਕੇ ਬਾਅਦ ਐਮਸੀ ਕਾ ਕੰਮ ਥਾ, ਬਾਕੀ ਮੇਨਟੇਨੈਂਸ ਕਾ ਉਹ ਕੰਮ ਅਭੀ ਤੱਕ ਨਹੀਂ। हाँ जी, ये 6 सालों तो जी लोग परेशान हो रहे हैं, घर के अंदर पानी बढ़ रहा है कि जिदा कि कोई सहूलत नहीं पानी की, प्रशासन के अगे बहुत बारी लोगों ने मंग करी है, पर अज तक प्रशासन ने किसी की भी जोर नहीं करी जी, सुनाई नहीं करी हैगी, जद करके लोगों को सड़क पर आना पे अपने कैबिनेट मंत्री का जो सुन भी नहीं आए, SDM साहब भी 5-4 बार फोन करे वो भी मौका देख नहीं आए है। जब वो पूरा गेड़ा मार रहे थे, हूँ जब सानू लोड है वो परछावा भी नहीं देखते दे, बिल्कुल आगे राजवंत कौर है जी, देसू माजरे जी, सारे अंदर च पानी खड़ा जी, पानी का कोई निकास नहीं है, सारे अंदर भरे पे है, पानी कोई निकलने जगह नहीं है, 4 दिन हो गए, अच्छे साढ़े न्याणे भी भुखे बैठे है, आँदे देख के मुड़ जाते, आँदे देख के मुड़ जाते हैं, पूरी रात हो गई सानू पानी कढ़ दे, बैड साडे टीवी फ्रिजा च पानी भरिया पिया, इधर देख लो, इधर देख लो, किसी भी जाके देख लो, पूरा पिंड कवर कर लो, थानू सब दे घरां च पानी बढ़िया दिखूंगा, एडे एडे नक लाए पे आ सब ने घरां च, हरीली चीज लड़ जाए कुछ भी हो जाए।